ਉਹ ਬਾਪੂ ਕਹਿੰਦਾ ਸੀ ਨਾ ਬਿੱਲ ਬੋਰਡ ਤੇ ਕੱਪੜਾ ਮਾਰੀ ਜਾਂਦੇ ਅਗਲੇ ਹੈ ਮੁਕਾਬਲਾ ਕਰਦਾ ਮੈਂ ਕਹਿੰਦਾ ਪੰਜ ਸੱਤ ਨੂੰ ਤਾਂ ਲੈ ਕੇ ਨਾਲ ਜਾਂਦੀ ਹਾਂ ਅੱਜ ਵੀ ਸਾਡੇ ਵਿੱਚ ਹੀ ਆ ਉਹ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਮਤਲਬ ਪਹਿਲੀ ਵਾਰ ਕਿਸੇ ਬੰਦੇ ਦਾ ਦੁੱਖ ਹੋਇਆ ਆਪਾਂ ਨੂੰ ਐਂ ਕੋਈ ਸਿੰਗਰ ਦਾ ਲਓ ਜੀ ਵੈਲਕਮ ਆ ਤੁਹਾਡਾ ਸਾਡੇ ਬਲੌਗ ਦੇ ਵਿੱਚ ਹੈਪੀ ਸੰਡੇ ਹੈਪੀ ਸੰਡੇ ਤੇ ਹੈਪੀ ਦੀਵਾਲੀ ਹੋ ਗਈ ਤੁਹਾਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਟੂ ਯੂ ਆਲ ਅੱਜ ਵੱਡੀ ਗੱਲ ਇਹ ਆ ਉੱਠੇ ਆ ਥੋੜੀ ਸੈਟਅਪ ਲਾ ਕੇ ਰੱਖਿਆ ਹੋਇਆ ਵੇਟਿੰਗ ਚੱਲਦੀ ਪਈ ਆ 2 ਮਿੰਟ ਰਹਿ ਗਏ ਵਾਹ 2 ਮਿੰਟ ਰਹਿ ਗਏ ਜੱਟ ਨੇ ਧੱਕ ਪਾਉਣੀ ਆਉਂਦੇ ਸਾਰੀ ਧੱਕ ਪੈਣੀ ਆ 12 ਵਜੇ ਜੇ ਮੈਂ ਕਹਿ ਕੇ ਗਿਆ ਸੀ ਅਗਰ ਮੈਂ ਸੌ ਗਿਆ ਨਾਈਟ ਕਰਕੇ ਆਉਣਾ ਨਾ ਮੈਂ ਡਿਊਟੀ ਤੇ ਜੇ ਮੈਂ ਸੌ ਗਿਆ ਤਾਂ ਮੈਨੂੰ ਠਾਲ ਦੇ ਜ਼ਰੂਰ ਇਹ ਤਾਂ ਇੱਥੇ ਸਵੇਰੇ ਉੱਠਿਆ ਹੀ ਸੀਗਾ ਬੈਠਾ ਹੁਣ ਫਰੈਸ਼ ਹੋ ਕੇ ਬਸ 60 ਸੈਕਿੰਡ ਰਹਿ ਗਏ ਯਾਰ ਨਾਲੇ ਦੀਵਾਲੀ ਅੱਜ ਸਭ ਤੋਂ ਵਧੀਆ ਤੋਹਫਾ ਦਿੱਤਾ ਮਹਾਤਮਾ ਮਤਲਬ ਮਾਂ ਪਿਓ ਨੇ ਨਾ ਬੇਬੇ ਬਾਪੂ ਨੇ ਸਭ ਤੋਂ ਵਧੀਆ ਤੋਹਫਾ ਦਿੱਤਾ ਲੋਕਾਂ ਨੂੰ ਦੀਵਾਲੀ ਦਾ ਆਹ ਸਭ ਤੋਂ ਬੈਸਟ ਦੀਵਾਲੀ ਤਾਂ ਹਰ ਸਾਲ ਆਉਂਦੀ ਆ ਜਿਹੜੇ ਅੱਜ ਬੰਬ ਫੁੱਟਣੇ ਜਿਹੜੀਆਂ ਅੱਜ ਆਤਿਸ਼ਬਾਜ਼ੀਆਂ ਛੁਰਨੀਆਂ ਚੁੱਲੀਆਂ ਦੇ ਜਿਹੜੇ ਪਟਾਕੇ ਪਾਉਣੇ ਆ ਜੱਟ ਦੇ ਜਿਹੜੀਆਂ ਲੀਲੀਆਂ ਫੀਲੀਆਂ ਨੇ ਭੈਣ ਚੋ ਐ ਆ ਗਿਆ ਨਹੀਂ 60 ਸੈਕਿੰਡ 60 ਸੈਕਿੰਡ ਰਹਿ ਗਏ ਆਪਾਂ ਦਿਖਾਉਂਦੇ ਆ ਨਾਲੋਂ ਨਾਲ ਹੀ ਹਨਾ ਲਓ ਬਈ ਇਸ ਤਾਂ ਮੈਮਰੀ ਫੁੱਲ ਹੈ ਕੀ ਕਰਾਂ ਪ੍ਰੀਮੀਅਰ ਬਈ ਕੰਮ ਧੱਕ ਪੈਣ ਵਾਲੀ ਆ ਪੂਰੀ ਹੈ ਲਓ ਵੀ ਆ ਗਏ ਮਿੱਤਰੋ ਪੂਰੀ ਗੇਮ ਦੀ ਧੱਕ ਪੈਣੀ ਪੂਰੀ ਇੱਕ ਜ਼ੀਰੋ ਆ ਗਿਆ ਝੋਟਾ ਸਾਡੇ ਲਈ ਨੀ ਮਰਿਆ ਇਹ ਕਿਉਂ ਇਹ ਸਾਡੇ ਲਈ ਨੀ ਮਰਿਆ ਇਹ ਜੱਟ ਹੈਗਾ ਇੱਥੇ ਸਿੱਧੂ ਮੂਸੇਵਾਲੇ ਦਾ ਗਾਣਾ ਆ ਗਿਆ ਗਾਣਾ ਸੁਣ ਲਿਆ ਔਰ ਗਾਣਾ ਇੱਕ ਵਾਰੀ ਖਤਮ ਵੀ ਹੋ ਗਿਆ ਗੱਲ ਇਹ ਆ ਮਤਲਬ ਦੀ ਝੋਟਾ ਸੀ ਸ਼ੇਰ ਸੀਗਾ ਉਹ ਬੰਦਾ ਪੈਟ ਪਿੱਛੇ ਵਾਰ ਕਰਕੇ ਮਾਰਿਆ ਗਿਆ ਉਹਨੂੰ ਝੁੰਡ 'ਚ ਮਤਲਬ ਘੇਰ ਕੇ ਮਾਰਿਆ ਸ਼ੇਰ ਨੂੰ ਹੈ ਨਾ ਕਿਉਂ ਸਹੀ ਮੈਂ ਹੋਰ ਯਾਰ ਅੱਤਵੰਦਾ ਕੋਈ ਅੱਜ ਆਪ ਹੁੰਦਾ ਹਾਂ ਅੱਜ ਆਪ ਗਾਣਾ ਰਿਲੀਜ਼ ਕਰਦਾ ਤਾਂ ਇੱਦੂ ਵੀ ਜ਼ਿਆਦਾ ਤਬਾਹੀ ਹੈ ਨਾ ਤਬਾਹੀ ਲਿਆ ਦੇਣੀ ਸੀ ਬੰਦਾ ਅੱਜ ਵੀ ਸਾਡੇ ਵਿੱਚ ਹੀ ਆ ਉਹ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਮਤਲਬ ਪਹਿਲੀ ਵਾਰ ਕਿਸੇ ਬੰਦੇ ਦਾ ਦੁੱਖ ਹੋਇਆ ਆਪਾਂ ਨੂੰ ਐਂ ਕੋਈ ਸਿੰਗਰ ਦਾ ਹੈ ਨਾ ਕੋਈ ਆਰਟਿਸਟ ਬੰਦੇ ਦਾ ਅਤੇ ਠੀਕ ਆ ਕੋਈ ਗੱਲ ਨਹੀਂ ਜੇ ਕਿਤੇ ਦੱਸ ਦੁੱਸ ਕੇ ਆ ਜਾਂਦੇ ਮਤਲਬ ਠੀਕ ਗੋਲੀ ਮੂਹਰੇ ਤਾਂ ਕਿਹਦਾ ਬਈ ਬਸ ਆ ਹੈ ਨਾ ਨਹੀਂ ਹੈਗਾ ਅਤੇ ਜੇ ਕਿਤੇ ਦੱਸ ਕੇ ਆ ਜਾਂਦੇ ਮੁਕਾਬਲਾ ਕਰਦਾ ਮੈਂ ਕਹਿੰਦਾ 5-7 ਨੂੰ ਤਾਂ ਲੈ ਕੇ ਨਾਲ ਜਾਂਦਾ ਹੈ ਕਿ ਨਹੀਂ ਇੰਨੀ ਕੁ ਦਲੇਰੀ ਮਤ ਝਲਕਦੀ ਸੀ ਉਹਦੇ 'ਚ ਚਲੋ ਕੋਈ ਗੱਲ ਨਹੀਂ ਲੇਕਿਨ ਜੱਟ ਨੇ ਫਿਰ ਧੱਕ ਪਾਈ ਦੁਬਾਰਾ ਉਹ ਬਾਪੂ ਕਹਿੰਦਾ ਸੀ ਨਾ ਬਿੱਲ ਬੋਰਡ 'ਤੇ ਕੱਪੜਾ ਮਾਰੀ ਜਾਂਦੇ ਅਗਲੇ ਹੈਂ ਚੱਲੂ ਅੱਜ ਇਹੀ ਚੱਲੂ ਫਿਰ ਅੱਜ ਇਹੀ ਚੱਲੂ ਦੇਖੀ ਅਤੇ ਵਲੌਗ ਵਿੱਚ ਦੇਖ ਲਿਓ ਆਪਾਂ ਅੱਜ ਹੀ ਅਪਲੋਡ ਕਰ ਦੇਣਾ ਵਲੌਗ ਕਿਉਂ ਬਈ ਬਿਲਕੁਲ ਬਈ
ਚੰਗਾ ਫਿਰ ਬਬਾਸ ਸਿੱਧੂ ਮੂਸੇ ਦਾ ਗਾਣਾ ਹੋ ਗਿਆ ਰਿਲੀਜ਼ ਸਵੇਰ ਦੀਆਂ ਕਲਿੱਪਾਂ ਤੁਸੀਂ ਦੇਖਣੀਆਂ ਹੁਣ ਰਾਤ ਦੇ ਵੱਜਦੇ ਆ 9 ਹੀ ਵੱਜਦੇ ਆ ਤੇ ਆਪਾਂ ਚੱਲਦੇ ਹਾਂ ਬਾਹਰ ਤੇ ਨਾਲ ਲੈ ਕੇ ਚੱਲਦੇ ਹਾਂ ਤੁਹਾਨੂੰ ਫਿਰ ਮਾਹੌਲ ਦਿਖਾਉਂਦੇ ਹਾਂ ਆ ਜਾਓ ਮਿੱਤਰੋ ਅਸੀਂ ਚੱਲੇ ਧੂਮਣ ਧੂਮਣ ਫਿਰਨ ਅੱਜ ਹੈਗੀ ਦੀਵਾਲੀ ਤੇ ਦੀਵਾਲੀ ਦਾ ਰੰਗ ਮੰਚ ਦਿਖਾਵਾਂ ਤੈਨੂੰ ਬਾਹਰ ਦੁਬਈ ਬਾਹਰ ਦੁਬਈ ਰੰਗ ਮੰਚ ਬਾਈ ਜੀ ਅੱਜ ਆਇਆ ਗਾਣਾ ਝੋਟੇ ਦਾ ਮਜ਼ਾ ਆ ਜਾਂਦਾ ਯਾਰ ਮਜ਼ਾ ਹਨਾ ਘੈਂਟ ਗੱਲਬਾਤ ਆਉਂਦੀ ਪੂਰੀ ਨਜ਼ਾਰਾ ਬੰਨ ਦਿੰਦਾ ਬੰਦਾ ਸਭ ਸਮਾ ਦਿੰਦਾ ਜਿਹੜੇ ਉਹਦੇ ਕੀ ਕਹਿੰਦੇ ਹੁੰਦੇ ਆ ਵਿਰੋਧੀ ਐਂਟੀ 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 ਚੱਲ ਮਤਲਬ ਕੋਈ ਨਹੀਂ ਉਹਦੇ ਨੇੜੇ ਤੇੜੇ ਐਂਟੀ ਆਪਾਂ ਤਾਂ ਕਹਿੰਦੇ ਆ ਵੀ ਯਾਰ ਵਿੱਚੋਂ ਵਿੱਚ ਦਾ ਖਾਰ ਖਾਂਦਾ ਹੀ ਸੀ ਹਨਾ ਜਿੰਨਾ ਮਰਜ਼ੀ ਬੰਦਾ ਤੋਂ ਹਲਕਾ ਜਿਹਾ ਹੋਰਨ ਮਾਰ ਦਿੰਦੇ ਚੱਲ ਡਿੱਗੀ ਸਮਾਨ ਕੱਢਦੇ ਆ ਤੇ ਗੱਡੀ ਮੂਹਰੇ ਲੱਗੀ ਕਿਸੇ ਦੀ ਤੁਹਾਨੂੰ ਅਸੀਂ ਚੱਲੇ ਹਾਂ ਤੇ ਚਲੋ ਹੁਣ ਰਾਹ ਮਿਲ ਗਿਆ ਆਪਾਂ ਨੂੰ ਪੂਰਾ ਪ੍ਰੋਪਰ ਵਧੀਆ ਹੁਣ ਆਪਾਂ ਚੱਲੀਏ ਨਾਲ ਵਲੌਗ ਸਟਾਰਟ ਕੀਤਾ ਨਾਲ ਆਪਾਂ ਹੁਣ ਜਾਵਾਂਗੇ ਮਾਹੌਲ ਵਧੀਆ ਬਣਿਆ ਹੈ ਮਤਲਬ ਇੱਥੇ ਇੰਡੀਆ ਵਾਲੀ ਦੀਵਾਲੀ ਵਾਂਗੂ ਤਾਂ ਨਹੀਂ ਲੇਕਿਨ ਫਿਰ ਵੀ ਲੋਕ ਛੋਟੇ ਛੋਟੇ ਕਰੈਕਰਸ ਆਪਾਂ ਪਟਾਕੇ ਕਹਿ ਦਿੰਦੇ ਹਾਂ ਬੰਬ ਕਹਿ ਦਿੰਦੇ ਹਾਂ ਇੱਥੇ ਕਰੈਕਰਸ ਕਹਿ ਦਿੰਦੇ ਨੇ ਡਾਡਾ ਵੀ ਨੀਡ ਕਰੈਕਰਸ ਲਾਈਕ ਦੈਟ ਅਤੇ ਜਵਾਕਾਂ ਨੂੰ ਥੋੜ੍ਹਾ ਜਿਹਾ ਦੱਸੀਦਾ ਵੀ ਜਿਹੜੀ ਅਸੀਂ ਦੀਵਾਲੀ ਮਨਾਉਂਦੇ ਰਹੇ ਹਾਂ ਉਹ ਕਿਤੇ ਜੰਗ ਜਿੱਤਣ ਤੋਂ ਘੱਟ ਨਹੀਂ ਸੀ ਬੰਬ ਸੁਧਾ ਹੀ ਸਾਰੇ ਆਮ ਹੀ ਉੱਤੇ ਸੁੱਟ ਦੇਣੇ ਜਾ ਬਾਲ ਕੇ ਫੌਜੀ ਫੌਜੀ ਖੇਡਦੇ ਰਹਿਣ ਬੰਬਾਂ ਨਾਲ ਹੈਂ ਬਰੂੰਗੀ ਨਾਲ ਪਟਾਕੇ ਚਲਾਈ ਜਾਣੇ ਉਹ ਪਲਾਸ ਚ ਪਾ ਕੇ ਚਲਾਈ ਜਾਣੇ ਬੱਟਿਆਂ ਨਾਲ ਵੀ ਮਾਰ ਰੀਲ ਲਾਉਂ ਦਿੰਦੀ ਰੀਲ ਆਹੋ ਰੀਲ ਚਲਾਈ ਜਾਣੀ ਪਟਾਕ ਪਾ ਕੇ ਫਿਰ ਪਿਸਤੌਲ ਨਾਲ ਠਾ 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 ਤੇ ਮਤਲਬ ਆਪਾਂ ਗਰੀਬ ਘਰਾਂ ਚੋਂ ਵੀ ਆਉਂਦੇ ਸੀ ਆਪਾਂ ਮਿਡਲ ਕਲਾਸ ਘਰਾਂ ਚੋਂ ਵੀ ਆਉਂਦੇ ਸੀ ਤੇ ਦੇਖੀ ਜਾਣਾ ਫਿਰ ਦੀਵਾਲੀ ਵੀ ਯਾਰ ਪਹਿਲਾਂ ਕਿਹਦੇ ਪਟਾਕੇ ਖਤਮ ਹੁੰਦੇ ਆ ਹਨਾ ਫਿਰ ਇਹ ਵੀ ਹੁੰਦਾ ਸੀ ਕਿ ਸਾਡੇ ਹੀ ਚੱਲਦੇ ਰਹਿਣ ਸਾਰੀ ਰਾਤ ਤੇ ਡੇਢ ਦੋ ਵਜੇ ਤੱਕ ਭੈਣ ਚ ਪੂਰੀ ਕੜਮਾਸ ਪੈਣੀ ਐਨ ਵਧੀਆ ਘਰਦਿਆਂ ਨੇ ਵਧੀਆ ਟਿਕਟ ਕਾ ਕੇ ਲੇਕਿਨ ਅਸੀਂ ਫਿਰ ਵੀ ਭੱਜਦੇ ਨੱਠਦੇ ਫਿਰਨਾ ਫਿਰ ਸੌ ਜਾਣਾ ਸੌਣ ਤੋਂ ਬਾਅਦ ਨੈਕਸਟ ਸਵੇਰੇ ਜਿੱਥੇ ਪਟਾਕੇ ਚਲਾਏ ਹੋਣੇ ਉੱਥੇ ਦੇਖਣਾ ਵੀ ਕੋਈ ਸਾਲਾ ਬਚਿਆ ਬੁਚਿਆ ਤਾਂ ਨਹੀਂ ਜਿਹੜਾ ਬੱਚੇ ਬਹੁਤ ਮਿਲੇ ਜਿਹੜਾ ਮਤਲਬ ਸਿੱਟੋ ਇਹ ਚੱਲੇ ਨਹੀਂ ਹੈਗੇ ਨਾ ਫਿਰ ਉਹਨਾਂ ਦੇ ਵਿੱਚੋਂ ਲੱਭ ਕੇ ਉਹਨਾਂ ਚੋਂ ਪਟਾਸ ਕੱਢ ਕੇ ਆਪਦੇ ਖੁਰਾਫਾਤਾਂ ਕਰਦੇ ਰਹਿੰਦੇ ਹੁੰਦੇ ਸੀਗੇ ਆਪਦੀ ਇੰਜੀਨੀਅਰਿੰਗ ਝਾੜਦੇ ਰਹਿੰਦੇ ਸੀਗੇ ਅਤੇ ਆਹੀ ਦੀਵਾਲੀ ਹੁਣ ਤਾਂ ਬਹੁਤ ਕੁਛ ਆ ਗਿਆ ਹੁਣ ਤਾਂ ਬਾਹਲਾ ਔਰ ਅੱਜ ਕੱਲ੍ਹ ਦੇ ਮਾਂ ਪਿਓ ਕੋਲ ਪੈਸਾ ਵੀ ਆ ਜਵਾਕਾਂ ਨੂੰ ਇੰਜੋਏ ਕਰਾਉਣ ਨੂੰ ਠੀਕ ਆ ਅਤੇ ਪੈਸਾ ਵੀ ਆ ਜੋ ਚੀਜ਼ ਮੰਗਦੇ ਆ ਮਿਲ ਜਾਂਦੀ ਆ ਸਾਡੇ ਟਾਈਮ ਇਹ ਚੀਜ਼ ਨਹੀਂ ਸੀਗੀ ਮਤਲਬ ਪਰਿਵਾਰ ਜੋ ਵੀ ਲਾ ਲਈਏ ਉਹ ਲਿਮਿਟਡ ਚੀਜ਼ਾਂ ਉਹ ਜ਼ਮਾਨਾ ਵਧੀਆ ਸੀ ਵੈਸੇ ਹੈ ਨਾ ਵੈਲਿਊ ਹੁੰਦੀ ਸਾਨੂੰ ਇੱਕ ਚੀਜ਼ ਦੀ ਤੇ ਅੱਜ ਕੱਲ੍ਹ ਤੁਸੀਂ ਜਿੱਦਾਂ ਮਰਜ਼ੀ ਟੋਏ ਲਿਆ ਦਿਓ ਘਰੇ ਜਵਾਕ ਕੰਧ 'ਚ ਮਾਰ ਕੇ ਜਿਹੜੀ ਤੋੜ ਦਿੰਦੇ 10 ਮਿੰਟਾਂ 'ਚ ਤੋੜ ਦਿੰਦੇ ਆ ਕੋਈ ਵੀ ਚੀਜ਼ ਮਿੰਟ 10 ਨਹੀਂ ਟੱਪਦਾ ਕੋਈ ਵੀ ਖੜਾਉਣਾ ਘਰੇ ਸਾਨੂੰ ਪੁੱਛੋ ਅਸੀਂ ਅੱਧੇ ਅੱਧੇ ਖੜਾਉਣੇ ਤਾਂ ਆਪਦੇ ਚਾਹ ਨੂੰ ਲੈ ਕੇ ਆਉਂਦੇ ਹਾਂ ਵੀ ਆਹ ਜਵਾਕੋ ਖੇਡ ਲਓ ਸਾਨੂੰ ਬਚਪਨ 'ਚ ਨਹੀਂ ਮਿਲੇ ਲੇਕਿਨ ਤੁਸੀਂ ਖੇਡੋ ਹੈ ਨਾ ਅਤੇ ਆਹ ਚੀਜ਼ ਆ ਦੀਵਾਲੀ ਫਿਰ ਮਠਿਆਈਆਂ ਦਾ ਢੇਰ ਲੱਗਿਆ ਰਹਿਣਾ ਮਤਲਬ ਆਪਣੇ ਤਾਂ ਜ਼ਿਆਦਾ ਫੇਮਸ ਆਪਾਂ ਗੁਲਾਬ ਜਾਮਣੀ ਹੈ ਨਾ ਅਤੇ ਮਿਲਕ ਕੇਕ ਬਰਫੀ ਫਿਰ ਸਾਰਾ ਮਹੱਲਾ ਇਕੱਠਾ ਹੁੰਦਾ ਸੀਗਾ ਵੀ ਹਰੇਕ ਦੇ ਐਕਸਚੇਂਜ ਹੁੰਦੀ ਸੀ ਵਧਾਈਆਂ ਮੁਬਾਰਕਾਂ ਮਠਿਆਈ ਅੱਜ ਕੱਲ੍ਹ ਨਹੀਂ ਅੱਜ ਕੱਲ੍ਹ ਉਹ ਟਾਈਮ ਗਿਆ ਅੱਜ ਕੱਲ੍ਹ ਉਹ ਟਾਈਮ ਗਿਆ ਲੋਕਾਂ ਵਿੱਚ ਇਤਫਾਕ ਮੁੱਕ ਗਿਆ ਪਿਆਰ ਮੁਹੱਬਤ ਮੁੱਕ ਗਈ ਅਤੇ ਅੱਜ ਕੱਲ੍ਹ ਐਂ ਹੈ ਵੀ ਇਹ ਕੰਪੀਟੀਸ਼ਨ ਹੁੰਦਾ ਵੀ ਸਾਡਾ ਚਲਾਇਆ ਪਟਾਕਾ ਸਾਰਾ ਦੇਖਣ ਵੀ ਕਿਹੜਾ ਜ਼ਿਆਦਾ ਜਾ ਕੇ ਖਿਲਰਦਾ ਉੱਤੇ ਹੈ ਨਾ ਅੱਜ ਕੱਲ੍ਹ ਇਹ ਕੰਪੀਟੀਸ਼ਨ ਵੀ ਬੰਬ ਮੈਂ ਲਿਆ ਕੇ ਮੈਂ ਚਲਾਵਾਂ ਚਾਹੇ ਐਕੀ ਲੇਕਿਨ ਚਲਾਵਾਂ ਦਮਦਾਰ ਚਲੋ ਵਧੀਆ ਗੱਲ ਆ ਵੈਸੇ
ਜਮਾਨੇ ਦੇ ਹਿਸਾਬ ਨਾਲ ਬੰਦਾ ਚੇਂਜ ਹੁੰਦਾ ਵਾ, ਲੇਕਿਨ ਛੇਤੀ ਚੇਂਜ ਹੋ ਗਿਆ ਹੈ ਨਾ ਸਲੀਮ, ਬੜੀ ਛੇਤੀ ਭੱਜੀ ਜਾਂਦਾ ਯਾਰ। ਸਾਡਾ ਬਚਪਨ 91-92-93 ਵਾਲੀ ਲਾਈਨ, 2000 ਲੈ ਕੇ 10 ਤੱਕ ਵੀ, 7-8-9-10 ਤੱਕ ਵੀ, 12 ਤੱਕ ਵੀ ਠੀਕ ਸੀ, ਲੇਕਿਨ ਉਸ ਤੋਂ ਬਾਅਦ ਜਿਹੜਾ ਡਰਾਸਟਿਕਲੀ ਚੇਂਜ ਹੋਇਆ ਨਾ 13-14 ਤੋਂ ਬਾਅਦ, ਜਿਹੜਾ 13-14-15-16 ਮਤਲਬ ਆਹ ਵਾਲੀ ਲਾਈਨ ਜਿਹੜੀ ਆਈ ਆ, ਇਹਨੇ ਤਾਂ ਤਬਾਹੀ ਲਿਆਤੀ ਮਤਲਬ ਟੈਕਨੋਲੋਜੀ ਦੀ, ਬੰਦੇ ਅੰਨੇ ਗੂੰਗੇ ਬੋਲੇ ਕਰਤੇ ਸਾਰੇ ਫੋਨਾਂ 'ਚ ਹੀ ਲੱਗੇ ਨਾ ਆਪਾਂ, ਅੰਨੇ ਗੂੰਗੇ ਬੋਲੇ ਹੀ ਆ ਅਤੇ ਓਪਰੇਟ ਹੋ ਰਿਹਾ ਆਪਾਂ ਟੋਇਜ਼ ਵਾਂਗੂ, ਖਿਡੌਣੇ ਵਾਂਗੂ, ਜਿਹੜੀ ਚੀਜ਼ ਮੂਹਰੇ ਆ ਰਹੀ ਆ ਆਪਾਂ ਉਹ 'ਤੇ ਰਿਐਕਟ ਕਰਦੇ ਹਾਂ, ਉਹੀ ਉਹਨੂੰ ਹੀ ਸੱਚ ਮੰਨਦੇ ਹਾਂ, ਫਿਰ ਉਹ 'ਤੇ ਆਪਾਂ ਆਪਦੀ ਪ੍ਰਤੀਕਿਰਿਆ ਦਿੰਦੇ ਹਾਂ, ਹਾਂ ਫਿਰ ਉਹ ਅੱਗੇ ਜਾ ਕੇ ਸਭ ਬਣਦੀ ਆ, ਫਿਰ ਵਾਲ ਬਣਦਾ ਮਤਲਬ ਤੂਫਾਨ ਬਣਦਾ ਫਿਰ ਮੂਹਰੇ, ਉਹ ਕਿਸੇ ਨੂੰ ਵੀ ਆਪਾਂ ਜੱਜ ਕਰਦੇ ਹਾਂ, ਈਵਨ ਅਸੀਂ ਵੀ ਭੜਾਸ ਕੱਢਦੇ ਹਾਂ, ਲੇਕਿਨ ਸਾਡਾ ਇਹ ਮਕਸਦ ਹੈ ਕਿਸੇ ਨੂੰ ਨਜਾਇਜ਼ ਨਹੀਂ ਹੈ ਨਾ, ਮਤਲਬ ਜੋ ਗੰਦ ਪਾਉਂਦਾ ਮੂਹਰੇ ਉਹਦਾ ਹੀ ਹੁੰਦਾ ਸਾਡਾ, ਥੋੜ੍ਹਾ ਫਨ ਸ਼ਨ ਜਿਹਾ ਅਤੇ ਬਾਕੀ ਠੀਕ ਆ। ਨੈੱਟ ਤੋਂ ਬਚਿਆ ਨਹੀਂ ਜਾ ਸਕਦਾ, ਹੁਣ ਇਹ ਨਹੀਂ ਕਹਿਦੇ ਵੀ ਬਚੋ ਘੱਟ ਦੇਖੋ, ਨਹੀਂ ਬਚਿਆ ਜਾ ਸਕਦਾ, ਬੱਚਿਆਂ ਨੂੰ ਵੀ ਨਹੀਂ ਬਚਾਇਆ ਜਾ ਸਕਦਾ, ਇਹ ਬਹੁਤ ਐਡਿਕਟਡ ਹੋ ਗਏ, ਬਹੁਤ ਅੱਗੇ ਤੱਕ ਲੰਘੀ ਚੀਜ਼ ਇਹ ਯਾਰ, ਆਪਾਂ ਐਡਿਕਟਡ ਹੋ ਗਏ ਤਾਂ ਬੱਚੇ ਤਾਂ ਹੈ ਹੀ ਇਹੀ ਜਨਰੇਸ਼ਨ, ਇਹਨਾਂ ਨੂੰ ਖਤਮ ਕਰਨ ਲਈ ਤਾਂ ਉੱਤੋਂ ਸੈਟਾਲਾਈਟ ਆ ਨਾ ਜਿਹੜੇ ਜਿੰਨੇ ਛੱਡੇ ਆ, ਉਹਨਾਂ 'ਤੇ ਬੰਬ ਲਾ ਕੇ ਉਡਾਉਣੇ ਚਾਹੀਦੇ ਆ, ਅਤੇ ਉਹ ਖਤਮ ਹੋਣਗੇ ਉੱਤੋਂ ਫਿਰ ਨੈੱਟ ਬੰਦ ਹੋਊ, ਫਿਰ ਦੁਨੀਆ ਬਚੂ ਹੈ ਨਾ, ਨਹੀਂ ਤਾਂ ਹੁਣ ਤਬਾਹੀ ਆ ਗਈ, ਉਹੀ ਸੀ ਵਧੀਆ ਸੀ, ਹਾਂ ਇੰਨੀ ਫਾਸਟ ਨਹੀਂ ਚਾਹੀਦੀ ਗੱਲ, ਅਸੀਂ ਕਰਨੀ ਮਤਲਬ ਅੱਜ ਨਹੀਂ, ਨੈਕਸਟ ਵੀਡੀਓ 'ਚ ਕਰਾਂਗੇ ਖੁੱਲ੍ਹਣ ਪੀਜ਼ੇ ਵਾਲਿਆਂ 'ਤੇ, ਉੱਥੇ ਖੁੱਲ੍ਹ ਕੇ ਗੱਲ ਕਰਾਂਗੇ ਵਧੀਆ ਤਰੀਕੇ ਨਾਲ, ਜਿਹੜਾ ਆਫਟਰ ਲੀਕ ਤੋਂ ਉਹ ਆਇਆ ਨਾ ਵੀਡੀਓਜ਼ ਲੈ ਕੇ, ਟਕਾ ਕੇ ਗੱਲ ਕਰਾਂਗੇ, ਦੋਨੇ ਪੱਖ ਜਿਹਾ ਰੱਖਾਂਗੇ ਆਪਦਾ ਮੂਹਰੇ, ਅਸੀਂ ਗਲਤ ਵੀ ਹੋ ਸਕਦੇ ਹਾਂ, ਅਸੀਂ ਸਹੀ ਵੀ ਹੋ ਸਕਦੇ ਹਾਂ, ਲੇਕਿਨ ਆਪਦਾ ਪੁਆਇੰਟ ਆਫ ਵਿਊ ਤਾਂ ਰੱਖਾਂਗੇ। ਚਲੋ ਜੀ, ਦਿਖਾਉਂਦੇ ਤੁਹਾਨੂੰ ਮਾਹੌਲ, ਦੁਬਈ ਦੀਆਂ ਸੜਕਾਂ ਦੀਵਾਲੀ ਵਾਲੇ ਦਿਨ, ਬਬਾਸ, ਮੈਂ ਤਾਂ ਅੰਦਰ ਹੀ ਬੈਠੂੰਗਾ ਜੀ, ਧੁੱਪ ਨਾਲ ਨਾ ਰੰਗ ਜਿਹਾ ਕਾਲਾ ਹੋ ਜਾਂਦਾ, ਬਾਹਲਾ ਚਿੱਟਾ ਦੇ ਰਹਾ, ਟੈਨ ਹੋ ਜਾਂਦਾ ਜਦੋਂ ਗੱਡੀ ਧਵਾਉਂਦੇ ਹਾਂ ਖੜ੍ਹ ਕੇ ਬਾਹਰ, ਕਿਉਂ ਸਾਫ਼ ਕਰਾ ਲਈ, ਧੋਈ ਤਾਂ ਜਾ ਰਿਹਾ ਯਾਰ, ਗੱਡੀ ਧਵਾ ਰਹੇ ਆ ਮਤਲਬ ਆਪਣੇ, ਵਿੱਚ ਵੀ ਕੱਪੜੇ ਮਰਾਉਣਗੇ, ਵਿੱਚ ਹੜਦਾ ਨਹੀਂ, ਫੁੱਦੂ ਗੱਲਾਂ ਕਰੀ ਜਾਂਦਾ ਸਾਲਾ, ਉਹ ਤਾਂ ਨਹੀਂ ਬਾਹਰ ਹੀ ਨਿਕਲਦਾ ਯਾਰ, ਮੈਂ ਬਾਹਰ ਨਹੀਂ ਨਿਕਲ ਸਕਦਾ, ਮੈਂ ਜਾਵਾਂਗਾ ਮੇਰੇ ਫੈਨ ਮੈਨੂੰ ਘੇਰ ਲੈਣਗੇ, 3 ਬੰਗਾਲੀ ਖੜੇ ਨੇ, ਉਹ ਦੇਖ ਤੋ ਲੌਂਡੇ ਜੇ ਬਣਾਈ ਕਈ ਟੀਮਾਂ ਫਿਰਦੇ, ਉਹ ਕੱਲਾ ਕਿਹੜਾ ਚੁੱਪ, ਦੇਖ ਪੋਤ ਯੱਕਦਾ ਬਾਣ ਮਾਰਦਾ ਪ੍ਰੈਸ਼ਰ ਵਧੀਆ ਗੱਡ ਕੇ, ਇਹ ਕਹਿੰਦਾ ਘੁੰਮਣ ਜਾਣਾ ਵਾ, ਸੌ ਗਿਆ, ਮੈਂ ਗੱਡੀ ਧਵਾਉਣਾ, ਗੱਡੀ ਧੋਣਾ ਸੁੱਤਾ ਪਿਆ ਅੰਦਰ ਆ, ਹੁਣ ਚੱਲੀਏ ਘੁੰਮਣ ਕੇ ਮੋੜ ਚੱਲੀਏ ਘਰ ਨੂੰ। ਮਿੱਤਰੋ ਮੈਂ ਗਿਆ ਸੀ ਸੌ ਤੇ ਝੋਟੇ ਦੇ ਗਾਣੇ ਚੱਲਦੇ ਆ, ਗੱਡੀ ਆਪਾਂ ਧਵਾ ਲਈ ਆ, ਗੱਡੀ ਕਰਦੀ ਆ ਸ਼ੈਨ ਸ਼ੈਨ ਕਰਦੀ, ਸ਼ੈਨ ਸ਼ੈਨ ਮਾਰਦੀ ਆ ਪੂਰੀ, ਤੇ ਹੁਣ ਆਪਾਂ ਜਾਣਾ ਵਾ ਆਪਦੇ ਪੁਰਾਣੇ ਅੱਡੇ ਤੇ, ਸਮਝੇ ਗੱਲ ਨੂੰ, ਚਲੋ ਮਿਲੀਏ ਫਿਰ ਚੱਲ ਕੇ, ਕਾਜੂ ਫੁੱਟਪਾਥ ਤੇ ਨਾ ਚੜਾ ਦੀ, we'll be right back.
ਰਾਤ ਦੇ ਵੱਜ ਗਏ 1 ਥੋੜੇ ਕਲਿੱਪ ਪਾ ਦਾਂਗੇ ਆਪਾਂ ਹਨਾ ਸ਼ਾਰਟ ਜੇ ਤੇ ਅੱਜ ਤੂੰ ਵੀ ਸੰਡੇ ਸੀਗਾ ਹਨਾ ਅੱਜ ਦਾ ਵਲੌਗ ਫਿਰ ਇੱਥੇ ਆਪਾਂ ਕਰਦੇ ਹਾਂ ਸਮਾਪਤ ਹੁਣ ਚੱਲਿਆ ਘਰ ਨੂੰ ਤੇ ਕਰਦੀ ਫਿਰ ਗੁੱਡ ਨਾਈਟ ਕਰਨਾ ਪੈਣਾ ਹੈਪੀ ਦੀਵਾਲੀ ਸਾਰਿਆਂ ਨੂੰ ਇੱਕ ਵਾਰੀ ਫੇਰ ਦੁਆਰ ਦੋ ਤੇ ਬਾਬਾਸ